ਨਹੀਂ ਉਹ ਮੁਲਾਜ਼ਮ ਸੀਗਾ ਤਾਂ ਗੱਡੀ ਛੱਡੀ ਆ ਲੋਕਾਂ ਦੀਆਂ ਛੱਡ ਦਿਓ ਗੱਡੀਆਂ ਤਾਂ ਹਾਂਜੀ ਹਾਂ ਸਰ ਕਿਹਦੀ ਛੱਡੇ ਕਿਆ ਦੱਸੋ ਮੈਨੂੰ ਗਿਣਤੀ ਦੱਸੋ ਕਿਹਦੀ ਕਿਹਦੀ ਲੋਕਾਂ ਦੀ ਗੱਡੀ ਛੱਡੀ ਤੁਸੀਂ ਲੋਕਾਂ ਨੂੰ ਤੁਸੀਂ ਖੱਜਲ ਕਰਦੇ ਹੋ ਪੁਲਿਸ ਵਾਲਿਆਂ ਦੀ ਤੁਸੀਂ ਸੇਵਾ ਕਰਦੇ ਹੋ ਹੈ ਟੋਕ ਕੀਤੀ ਹੋਈ ਗੱਡੀ ਪੁਲਿਸ ਮੁਲਾਜ਼ਮ ਨੇ ਸੜਕ ਤੇ ਛੱਡ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਵੱਲੋਂ ਵੀਡੀਓ ਬਣਾ ਲਈ ਗਈ ਤੇ ਇਸਦਾ ਕਾਰਨ ਉਸ ਪੁਲਿਸ ਮੁਲਾਜ਼ਮ ਤੋਂ ਪੁੱਛਿਆ ਗਿਆ ਕਿ ਜੇਕਰ ਗੱਡੀ ਟੋਕ ਕੀਤੀ ਗਈ ਸੀ ਤਾਂ ਫਿਰ ਇਸ ਨੂੰ ਇੱਥੇ ਕਿਉਂ ਛੱਡ ਦਿੱਤਾ ਗਿਆ। ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਗੱਡੀ ਪੁਲਿਸ ਮੁਲਾਜ਼ਮ ਦੀ ਸੀ ਜਿਸ ਤੋਂ ਬਾਅਦ ਇਹਨਾਂ ਵੱਲੋਂ ਗੱਡੀ ਨੂੰ ਉੱਥੇ ਹੀ ਛੱਡ ਦਿੱਤਾ ਗਿਆ ਤੇ ਇਸ ਸੰਬੰਧੀ ਪੁਲਿਸ ਮੁਲਾਜ਼ਮ ਤੋਂ ਵੀਡੀਓ ਬਣਾ ਕੇ ਲੋਕ ਸਵਾਲ ਕਰਦੇ ਵੀ ਨਜ਼ਰ ਆਏ। ਤਾਂ ਦੱਸ ਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਗਲਤ ਪਾਰਕਿੰਗ ਦੇ ਵਿੱਚ ਇੱਕ ਗੱਡੀ ਨੂੰ ਟੋਅ ਕੀਤਾ ਜਾ ਰਿਹਾ ਸੀ ਫਿਰ ਇਸ ਗੱਡੀ ਨੂੰ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਵੀਡੀਓ ਬਣਾ ਲਈ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਇਹ ਗੱਡੀ ਟੋਅ ਕੀਤੀ ਜਾ ਰਹੀ ਸੀ ਤਾਂ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਜਾਂਦਾ ਹੈ ਤੇ ਆਪਣੀ ਗੱਡੀ ਨੂੰ ਛੁਡਵਾ ਲੈਂਦਾ ਹੈ ਜਿਸ ਤੋਂ ਬਾਅਦ ਇਸਦੀ ਵੀਡੀਓ ਵੀ ਬਣਾ ਲਈ ਗਈ ਤੇ ਜਦੋਂ ਇਸ ਸੰਬੰਧੀ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਗੱਡੀ ਕਿਸ ਦੀ ਹੈ ਪਰ ਇਸ ਗੱਡੀ ਦਾ ਚਲਾਨ ਜ਼ਰੂਰ ਕੀਤਾ ਜਾਵੇਗਾ। ਪਰ ਜਦੋਂ ਉਸਨੂੰ ਗੱਡੀ ਨੂੰ ਛੱਡਣ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸਨੂੰ ਉੱਚ ਅਧਿਕਾਰੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਗੱਡੀ ਨੂੰ ਛੱਡਿਆ ਗਿਆ। ਪਰ ਜਦੋਂ ਮੌਕੇ ਤੇ ਕਈ ਲੋਕ ਇਕੱਠੇ ਹੋ ਗਏ ਇਸ ਪੁਲਿਸ ਮੁਲਾਜ਼ਮ ਤੋਂ ਸਵਾਲ ਜਵਾਬ ਕਰਨ ਲੱਗੇ ਤਾਂ ਇਸ ਸੰਬੰਧੀ ਪੁਲਿਸ ਮੁਲਾਜ਼ਮ ਦੀ ਗੱਡੀ ਨੂੰ ਮੌਕੇ ਤੋਂ ਟੋਅ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇੱਕ ਗੱਡੀ ਨੂੰ ਟੋਅ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਨੂੰ ਸੜਕ ਤੇ ਛੱਡ ਦਿੱਤਾ ਗਿਆ ਤਾਂ ਮੌਕੇ ਤੇ ਹੰਗਾਮਾ ਵੀ ਹੋ ਜਾਂਦਾ ਹੈ ਲੋਕ ਉਸ ਪੁਲਿਸ ਮੁਲਾਜ਼ਮ ਤੋਂ ਸਵਾਲ ਕਰਦੇ ਵੀ ਨਜ਼ਰ ਆ ਰਹੇ ਨੇ। ਇੱਕ ਵੀਡੀਓ ਵੀ ਇਸ ਸੰਬੰਧੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੋਕ ਉਸ ਪੁਲਿਸ ਮੁਲਾਜ਼ਮ ਤੋਂ ਸਵਾਲ ਕਰਦੇ ਨਜ਼ਰ ਆ ਰਹੇ ਨੇ। ਤਾਂ ਲੋਕਾਂ ਦਾ ਕਹਿਣਾ ਕਿ ਇਹ ਗੱਡੀ ਪੁਲਿਸ ਮੁਲਾਜ਼ਮ ਦੀ ਸੀ ਤੇ ਜਦੋਂ ਗੱਡੀ ਨੂੰ ਟੋਅ ਕੀਤਾ ਜਾ ਰਿਹਾ ਸੀ ਤਾਂ ਉਹ ਮੌਕੇ ਤੇ ਆ ਕੇ ਆਪਣੀ ਗੱਡੀ ਨੂੰ ਛੁਡਵਾ ਲੈਂਦਾ ਹੈ। ਪਰ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਇਹਨਾਂ ਵੱਲੋਂ ਉਸ ਪੁਲਿਸ ਮੁਲਾਜ਼ਮ ਦੀ ਗੱਡੀ ਨੂੰ ਟੋਅ ਕਰ ਲਿਆ ਜਾਂਦਾ ਹੈ। ਨਹੀਂ ਫਿਰ ਇੱਥੇ ਕਿੱਦਾਂ ਛੱਡਦੀ ਗੱਡੀ ਇੱਥੇ ਕਿੱਦਾਂ ਛੱਡਦੀ ਲੋਕਾਂ ਦੀ ਛੱਡਦੇ ਹੋ ਨਹੀਂ ਉਹ ਮੁਲਾਜ਼ਮ ਸੀਗਾ ਤਾਂ ਗੱਡੀ ਛੱਡੀ ਆ ਲੋਕਾਂ ਦੀਆਂ ਛੱਡਦੇ ਹੋ ਗੱਡੀਆਂ ਤਾਂ ਹਾਂਜੀ ਹਾਂ ਸਰ ਕਿਹਦੀ ਛੱਡੇ ਕਿਆ ਦੱਸੋ ਮੈਨੂੰ ਗਿਣਤੀ ਦੱਸੋ ਕਿਹਦੀ ਕਿਹਦੀ ਲੋਕਾਂ ਦੀ ਗੱਡੀ ਛੱਡੀ ਤੁਸੀਂ ਲੋਕਾਂ ਨੂੰ ਤੁਸੀਂ ਖੱਜਲ ਕਰਦੇ ਹੋ ਪੁਲਿਸ ਵਾਲਿਆਂ ਦੀ ਤੁਸੀਂ ਸੇਵਾ ਕਰਦੇ ਹੋ ਹੈ ਗੱਡੀਆਂ ਲੋਕਾਂ ਦੀਆਂ ਛੱਡੀਆਂ ਰਸਤੇ ਦੇ ਵਿੱਚ ਲੋਕੀ ਮਿੰਨਤਾਂ ਕਰਦੇ ਆ ਤੇ ਪਹਿਲਾਂ ਗੱਡੀ ਟੋਅ ਕਰਦੀ ਸੀ ਕਿਹਦੀ ਆ ਗੱਡੀ ਇਹ ਅਹਿਸਾਸ ਕਿੱਦਾਂ ਹੋਊਗਾ ਬੰਦੇ ਨੂੰ ਲੋਕਾਂ ਨੂੰ ਤੁਸੀਂ ਅਹਿਸਾਸ ਕਰਾਉਂਦੇ ਹੋ ਮੁਲਾਜ਼ਮਾਂ ਨੂੰ ਕਿਉਂ ਨੀ ਕਰਾਉਂਦੇ ਨਹੀਂ ਕਿੰਨੇ ਕਿੰਨੇ ਗਿਆ ਤੁਹਾਨੂੰ ਕਿਹੜਾ ਇੰਚਾਰਜ ਆ ਤੁਹਾਨੂੰ ਕਿਦਾਂ ਪਤਾ ਛੱਡਦੇ ਹੋ ਗੱਡੀ ਦਫ਼ਤਰ ਵਾਲਿਆਂ ਛੱਡੀ ਤੂੰ ਛੱਡੀ ਹੈ ਕਿੰਨੇ ਹੁਕਮ ਹੋਇਆ ਮੇਰਾ ਵੀਰ ਗੱਲ ਤੁਸੀਂ ਥੋੜੀ ਦੇਰ ਪਹਿਲਾਂ ਹੁਣੇ ਕਹਿ ਰਹੇ ਸੀ ਨਾ ਹੁਕਮ ਹੈਗਾ ਅਸੀਂ ਗੱਡੀ ਛੱਡ ਸਕਦੇ ਹਾਂ ਕਿਹੜਾ ਹੁਕਮ ਹੈ ਮੈਨੂੰ ਦੱਸੋ ਸਰ ਏਸੀਪੀ ਸਾਹਿਬ ਨਾਲ ਗੱਲ ਕਰੋ ਉਹਨਾਂ ਨੇ ਕਿਹਾ ਵੀ ਜੋ ਮੌਕੇ ਤੇ ਬੰਦਾ ਆਇਆ ਤਾਂ ਉਹ ਰੋਂਗ ਪਾਰਕਿੰਗ ਚਲਾਉਣ ਕਰਾ ਸਕਦੇ